स्वागत है तुहाडा एकता लहर न्यूज़ दे विच। तुसी देख रहे हो एकता लहर न्यूज़। नगर कौंसल नकोदर दे विच मौजूद आ, जिथे सरदार जगबीर सिंह बरार जी ने नवनीत नीता जी नूं अज प्रधानगी दी कुर्सी ते बिठाया। तस्वीरां मेरे पिछे तुसी देख रहे हो, नीता जी साडे नाल मौजूद ने। एक दो जिहड़ियां शहर दीआं समस्यावां ज्यादियां नहीं, एक दो समस्यावां वाले गल करांगे। स्वागत है जी। थैंक यू जी, थैंक यू जी। सर सब तो पहले मुबारकबाद साडे वल्लों, साडे चैनल वल्लों। थैंक यू जी, थैंक यू तुहाडा। सर अज प्रधानगी दी कुर्सी ते बैठे हो तुसी, कुछ शहर दे एक दो मसले ज्यादा नहीं गल करांगा मैं। पहला मसला तो मैं ये गल करांगा, स्ट्रीट लाइट जिहड़ी जलंधर रोड ते काफी टाइम तो बंद पई है। ਟਿੰਗਾ ਸਾਹਿਬ ਮੇਰੀ ਨੌਲੇਜ 'ਚ ਨਹੀਂ ਸੀ, ਤੁਸੀਂ ਹੁਣੇ ਮੇਰੀ ਨੌਲੇਜ ਆਉਂਦਾ। ਇਹ ਸਟਰੀਟ ਲਾਈਟ ਜਿਹੜੀ ਬੰਦ ਪਈ ਹੈ, ਔਰ ਕੱਲ੍ਹ ਦੇਖ ਕੇ ਜਿਹੜੇ ਇਲੈਕਟ੍ਰੀਸ਼ਨ ਆਪਣੇ ਹੈਗੇ ਉਹਨਾਂ ਨੂੰ ਕਹਿ ਕੇ ਜਿਸ ਤਰ੍ਹਾਂ ਵੀ ਹੈ ਇਹਨੂੰ ਚਾਲੂ ਕਰਾ ਦਿੱਤਾ ਜਾਵੇਗਾ, ਕੋਈ ਦਿੱਕਤ ਵਾਲੀ ਗੱਲ ਨਹੀਂ। ਸਰ ਇੱਕ ਨਕੋਦਰ ਡੇਰੇ ਆਪਣੇ, ਚਲੋ ਬਹੁਤ ਵਧੀਆ ਡੇਰੇ ਨੇ, ਲੋਕ ਦੂਰੋਂ ਦੂਰੋਂ ਮੱਥਾ ਟੇਕਣ ਆਉਂਦੇ ਨੇ। ਐਤਵਾਰ ਵੀਰਵਾਰ ਦੀ ਗੱਲ ਛੱਡ ਕੇ ਹਰ ਰੋਜ਼ ਟ੍ਰੈਫਿਕ ਦੀ ਸਮੱਸਿਆ ਬਹੁਤ ਰਹਿੰਦੀ ਹੈ। ਬਿਲਕੁਲ, ਤੁਹਾਡੀ ਗੱਲ ਜਾਇਜ਼ ਹੈ ਜੀ। ਟ੍ਰੈਫਿਕ ਦੀ ਸਮੱਸਿਆ ਵਾਕਈ ਨਕੋਦਰ ਦੇ ਵਿੱਚ ਹੈ, ਔਰ ਖਾਸ ਕਰ ਵੀਰਵਾਰ ਔਰ ਐਤਵਾਰ ਨੂੰ ਟ੍ਰੈਫਿਕ ਜ਼ਿਆਦਾ ਰਹਿੰਦਾ ਨਕੋਦਰ ਦੇ ਵਿੱਚ। ਉਹ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕਰਦਾ ਸੀ ਕਿ ਆਪਾਂ SDM ਸਾਹਿਬ ਨੂੰ ਮਿਲਾਂਗੇ, ਉਹਨਾਂ ਨੂੰ ਮਿਲ ਕੇ ਇਹਦਾ ਕੋਈ ਪਲਾਨ ਬਣਾਉਂਦੇ ਹਾਂ। ਕੋਈ ਨਾ ਕੋਈ ਸੜਕ ਜਿਹੜੀ ਹੈਗੀ ਉਹ ਬਨਵੇ ਜੇ ਕਰਨ ਵਾਲੀ ਹੈ ਤਾਂ ਉਹਨੂੰ ਬਨਵੇ ਕਰਦੇ ਹਾਂ, ਅਤੇ ਜਾਂ ਕੋਈ ਹੋਰ ਜੇ ਕੋਈ ਸਮੱਸਿਆ ਦਾ ਕਿਸੇ ਤਰੀਕੇ ਹੱਲ ਹੁੰਦਾ ਹੋਰ ਤਰੀਕੇ ਨਾਲ ਕਰਾਂਗੇ, ਸਾਰੇ ਸਲਾਹ ਮਸ਼ਵਰੇ ਨਾਲ ਕਰਕੇ, ਔਰ ਇਹ ਦੇਖਾਂਗੇ ਵੀ ਦੁਕਾਨਦਾਰ ਨੂੰ ਮੁਸ਼ਕਲ ਕੋਈ ਨਾ ਆਵੇ, ਔਰ ਟ੍ਰੈਫਿਕ ਜਿਹੜਾ ਹੈਗਾ ਉਹ ਸਮੂਥ ਚੱਲੇ ਨਕੋਦਰ ਦਾ, ਕੁਛ ਇਸ ਤਰੀਕੇ ਦਾ ਪਲਾਨ ਜ਼ਰੂਰ ਕਰਦੇ ਹਾਂ ਜੀ। ਸਰ ਟ੍ਰੈਫਿਕ ਦਾ ਮੇਰੇ ਖਿਆਲ ਤੁਸੀਂ ਵੀ ਕਈ ਵਾਰੀ ਫਸੇ ਹੋਵੋਗੇ ਮੈਨੂੰ ਲੱਗਦਾ ਜ਼ਰੂਰ। ਬਿਲਕੁਲ ਜੀ, ਦੇਖੋ ਆਪਾਂ ਸਾਰੇ ਸ਼ਹਿਰ ਦੇ ਵਸਨੀਕ ਹਾਂ, ਆਪਾਂ ਨੂੰ ਵੀ ਆਉਣਾ ਜਾਣਾ ਪੈਂਦਾ ਹੈ, ਤਾਂ ਟ੍ਰੈਫਿਕ ਦੇ ਵਿੱਚ ਜ਼ਰੂਰ ਆਪਣਾ ਕੋਈ ਨਾ ਕੋਈ ਹਰ ਬੰਦਾ ਫਸਦਾ, ਔਰ ਸਾਡੀ ਕੋਸ਼ਿਸ਼ ਹੈ ਕਿ ਪ੍ਰਸ਼ਾਸਨ ਨੂੰ ਨਾਲ ਲੈ ਕੇ ਅਤੇ ਇਹ ਟ੍ਰੈਫਿਕ ਦਾ ਇੱਕ ਮੁਕੰਮਲ ਇਹਦਾ ਨਾ ਪੂਰੇ ਤਰੀਕੇ ਨਾਲ ਕੋਈ ਹੱਲ ਕੱਢਿਆ ਜਾਵੇ, ਜਿਸ ਨਾਲ ਕਿ ਆਉਣ ਵਾਲਾ ਸਮਾਂ ਜਿਹੜਾ ਨਕੋਦਰ ਲਈ ਠੀਕ ਆਵੇ। ਮੇਨ ਸਰ ਮੈਂ ਤੁਹਾਨੂੰ ਦੱਸ ਦਿੰਦਾ, ਜਿਸ ਤਰ੍ਹਾਂ ਸਬਜ਼ੀ ਮੰਡੀ ਤੋਂ ਅੰਬੇਡਕਰ ਚੌਂਕ, ਅੰਬੇਡਕਰ ਚੌਂਕ ਤੋਂ ਦੱਖਣੀ ਅੱਡਾ ਮੇਨ ਜ਼ਿਆਦਾ ਸਮੱਸਿਆ ਹੈ, ਜੇ ਵਨ ਵੇ ਹੋਈ ਤਾਂ ਬਹੁਤ ਵਧੀਆ ਹੈ। ਹਾਂਜੀ, ਮੈਂ ਤੁਹਾਨੂੰ ਦੱਸਿਆ ਜੀ, ਕਰਦੇ ਹਾਂ ਆਪਾਂ ਗੱਲ ਕਰਦੇ ਹਾਂ ਜੀ, SDM ਸਾਹਿਬ ਨੂੰ ਮਿਲਦੇ ਹਾਂ, ਆਪਣੇ ਬਾਕੀ ਜਿਹੜੇ ਪ੍ਰਸ਼ਾਸਨ ਹੈਗਾ ਉਹਨੂੰ ਸਾਰਿਆਂ ਨੂੰ ਮਿਲ ਕੇ ਬੈਠ ਕੇ ਮੀਟਿੰਗ ਕਰਕੇ ਇਹਦਾ ਹੱਲ ਲੱਭਦੇ ਹਾਂ। ਜੇ ਕੋਈ ਸੜਕ ਵਨ ਵੇ ਕਰਕੇ ਟ੍ਰੈਫਿਕ ਸਮੂਥ ਚੱਲਦਾ ਹੈ ਤਾਂ ਉਹ ਜ਼ਰੂਰ ਵਨ ਵੇ ਕਰਾਂਗੇ ਜੀ, ਕੋਈ ਦਿੱਕਤ ਵਾਲੀ ਗੱਲ ਨਹੀਂ। ਅੱਜ ਮਿਊਂਸੀਪਲ ਕੌਂਸਲ ਨਕੋਦਰ ਦੇ ਵਿਖੇ ਪ੍ਰਧਾਨ ਨਵਨੀਤ ਦਿੱਤਾ ਜੀ ਨੇ ਆਪਣਾ ਚਾਰਜ ਸੰਭਾਲਿਆ। ਮੈਂ ਆਪਣੇ ਵੱਲੋਂ ਸਾਥੀਆਂ ਵੱਲੋਂ ਇਹਨਾਂ ਨੂੰ ਵਧਾਈ ਦਿੰਦਾ, ਔਰ ਸਾਰੇ ਕਾਂਗਰਸ ਪਾਰਟੀ ਦੇ ਵਰਕਰ ਸਾਹਿਬਾਨ, ਅਹੁਦੇਦਾਰ ਸਾਹਿਬਾਨ ਸਾਰਿਆਂ ਨੂੰ ਵਧਾਈ ਦਿੰਦਾ। ਪਵਨ ਗਿੱਲ ਜੀ ਨੇ ਪਹਿਲਾਂ ਆਪਦਾ ਅਹੁਦਾ ਸੰਭਾਲ ਲਿਆ ਸੀਗਾ, ਗੁਰਪ੍ਰੀਤ ਸੰਧੂ ਸਾਹਿਬ ਦਾ ਜਿਹੜਾ ਹੈਗੇ ਆ ਨੌਜਵਾਨ ਬੱਚਾ, ਇਹਦਾ ਅਸੀਂ ਮਤਾ ਸੀਨੀਅਰ ਵਾਈਸ ਪ੍ਰੈਜੀਡੈਂਟ ਦਾ ਪਾਤਾ, ਔਰ ਉੱਪਰੋਂ ਪਾਸ ਹੋ ਕੇ ਆ ਜਾਏਗਾ, ਔਰ ਅੱਜ ਤੋਂ ਸੀਨੀਅਰ ਵਾਈਸ ਪ੍ਰਧਾਨ ਜਿਹੜਾ ਕੌਂਸਲ ਦਾ ਇਹ ਨਾਮਜ਼ਦ ਕੀਤਾ ਸਾਰੇ। ਪਹਿਲ ਦੇ ਆਧਾਰ ਤੇ ਸਾਰੇ, ਜਿਵੇਂ ਕੋਈ ਜਿਹੜਾ ਸੀਵਰੇਜ ਦਾ ਕੰਮ ਕੋਈ ਰਹਿੰਦਾ ਉਹ ਚੱਲੀ ਜਾਂਦਾ, ਕੋਈ ਸੜਕਾਂ ਦਾ ਉਹ ਕਰਾਉਂਦਾ, ਕੋਈ ਹੋਰ ਓਪਨ ਜਿੰਮ ਲੱਗਣ ਵਾਲੇ ਹੈਗੇ ਆ। ਅਸੀਂ ਇੱਕ ਇਲੈਕਸ਼ਨ 'ਚ ਵਾਅਦਾ ਕੀਤਾ ਸੀਗਾ ਕਿ ਓਪਨ ਜਿੰਮ ਅਸੀਂ ਜਿਹੜੇ ਹੈਗੇ ਲਾਵਾਂਗੇ, ਸਾਰੇ ਓਪਨ ਜਿੰਮ ਲਾਏ ਜਾਣਗੇ, ਸਟੇਡੀਅਮ ਜਿਹੜਾ ਚੱਲੇ ਜਾਂਦਾ ਉਹ ਪੂਰਾ ਕੀਤਾ ਜਾਊਗਾ, ਔਰ ਸਾਡੀ ਕੋਸ਼ਿਸ਼ ਹੋਰ ਹੈਗੀ ਹੈ ਕਿ ਸਪੋਰਟਸ ਲਈ ਕੋਈ ਨਾ ਕੋਈ ਹੋਰ ਇੱਥੇ ਵਾਅਦਾ ਕੀਤਾ ਜਾਵੇ। ਬੱਸ ਅੱਡਾ ਮੇਰੇ ਖਿਆਲ ਦੇ ਵਿੱਚ ਹੁਣ ਤੱਕ ਹੋ ਜਾਣਾ ਚਾਹੀਦਾ ਸੀਗਾ, ਪਰ ਥੋੜ੍ਹਾ ਕੋਵਿਡ ਕਰਕੇ ਡਿਲੇ ਹੋ ਗਿਆ, ਪਾਸ ਹੋ ਚੁੱਕਿਆ ਜੀ। ਇਹ ਤਾਂ ਬਾਈ ਪਤਾ ਲੱਗਣ ਦਾ ਕੀ ਹੈ ਬਾਈ, ਫੋਟੋ ਲੱਗਣ ਨੂੰ ਤਾਂ ਮੇਰੀ ਗੱਲ ਸੁਣੋ, ਆਪਣਾ ਡੈਮੋਕ੍ਰੇਸੀ ਹੈ, ਨਾ ਤਾਂ ਕੋਈ ਲਾਉਣ ਵਾਲੇ ਨੂੰ ਰੋਕ ਸਕਦਾ, ਨਾ ਲਿਖਣ ਵਾਲੇ ਨੂੰ ਰੋਕ ਸਕਦਾ, ਨਾ ਲਵਾਉਣ ਵਾਲੇ ਨੂੰ ਕੋਈ ਰੋਕ ਸਕਦਾ, ਨਾ ਸਟੋਰੀ ਪਲਾਂਟ ਕਰਨ ਵਾਲੇ ਨੂੰ ਕੋਈ ਰੋਕ ਸਕਦਾ। ਸਰ ਪਹਿਲਾਂ ਵੀ ਲੱਗੀਆਂ ਸੀ, ਉਦੋਂ ਕੋਈ ਐਕਸ਼ਨ ਲਿਆ ਸੀ ਤੁਸੀਂ? ਸਰ ਮੈਂ ਐਕਸ਼ਨ ਕਿਸੇ 'ਤੇ ਕੀ ਲੈ ਸਕਦਾ, ਅਖਬਾਰ ਦਾ ਕੰਮ ਲਿਖਣਾ, ਜਿਵੇਂ ਜਿਵੇਂ ਇਲੈਕਸ਼ਨ ਆਉਣਾ ਉਵੇਂ ਬਾਬ ਰੋਲੇ ਉੱਡਣੇ ਹੈ, ਪਾਰਟੀ ਨੇ ਟਿਕਟ ਦੇਣੀ ਹੈ, ਹਾਈ ਕਮਾਂਡ ਨੇ ਟਿਕਟ ਦੇਣੀ ਹੈ, ਨਾ ਤਾਂ ਕਿਸੇ ਲਿਖਿਆ ਮੈਂ ਲਿਖਿਆ ਮਿਲਦੀ ਤਾਂ ਮਗਰਲੇ ਮਿਲ ਜਾਣੀ ਸੀ ਜੀ। ਸਰ ਕੁਛ ਨਗਰ ਕੌਂਸਲ ਜਿਹੜੇ ਘਬਲੇ ਹੋਏ ਉਹਦੀਆਂ ਵੀ ਫਾਈਲਾਂ ਝੜਨ ਦੀ ਗੱਲ ਕੀਤੀ? ਉਹ ਹੁਣ ਬੈਠੇ ਪ੍ਰਧਾਨ ਸਾਹਿਬ ਕਰਾਂਗੇ ਜੀ, ਸਰ ਬਿਲਕੁਲ ਕਰਾਂਗੇ। ਧੰਨਵਾਦ ਜੀ ਬਰਾੜ, ਅਤੇ ਨਾਲ ਸਾਰੇ ਸਾਥੀ ਕੌਂਸਲ ਸਾਹਿਬਾਨ ਦਾ ਮੈਂ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਸੀਨੀਅਰ ਵਾਈਸ ਪ੍ਰਧਾਨ ਦਾ ਅਹੁਦੇ ਦਾ ਮੌਕਾ ਦਿੱਤਾ। ਅਸੀਂ ਸ਼ਹਿਰ ਦੀਆਂ ਜਿੰਨੀਆਂ ਵੀ ਸਮੱਸਿਆ ਵੱਡੀਆਂ ਲੰਬੇ ਸਮੇਂ ਤੋਂ ਚੱਲ ਰਹੀਆਂ ਉਹਨਾਂ ਨੂੰ ਜਲਦ ਤੋਂ ਜਲਦ ਹੱਲ ਕਰਾਉਣ ਦਾ ਵਾਅਦਾ ਕਰਦੇ ਹਾਂ, ਅਤੇ ਹੋਰ ਵੀ ਜੋ ਵੀ ਸਾਨੂੰ ਉੱਪਰੋਂ ਸਰਕਾਰ ਵੱਲੋਂ ਜੋ ਬਰਾੜ ਸਾਹਿਬ ਨੇ ਜੋ ਵਾਅਦੇ ਆਪਣੇ ਕੀਤੇ, ਓਪਨ ਜਿੰਮ, ਬੱਸ ਅੱਡਾ ਜਾਂ ਹੋਰ ਵੀ ਜਿੰਨੀਆਂ ਵੀ ਆਪਾਂ ਸਪੋਰਟਸ ਦੀਆਂ ਸਹੂਲਤਾਂ ਉਹ ਵੀ ਜਲਦ ਤੋਂ ਜਲਦ ਲੈ ਕੇ ਆਵਾਂਗੇ। ਸ਼ੁਕਰੀਆ। ਅੱਜ ਬੜਾ ਬਹੁਤ ਵੱਡਾ ਵਧਾਈਆਂ ਵਾਲਾ ਦਿਨ ਹੈ ਕਿ ਸਾਡੇ ਸ਼ਹਿਰ ਦਾ ਬਹੁਤ ਹੀ ਬਰਾੜ ਸਾਹਿਬ ਨੇ ਬੈਲੈਂਸ ਬਣਾਇਆ, ਜੋ ਕਿ ਸਾਰੇ ਸਾਡੇ ਨੁਮਾਇੰਦੇ ਉਹਨਾਂ ਨੂੰ ਆਪਣੀ ਯੋਗ ਥਾਵਾਂ 'ਤੇ ਜੋ ਪ੍ਰਧਾਨ ਜੀ ਨੇ, ਵਾਈਸ ਪ੍ਰਧਾਨ ਜੀ ਨੇ, ਸੀਨੀਅਰ ਵਾਈਸ ਪ੍ਰਧਾਨ ਜੀ ਨੇ, ਸਾਡੇ ਸਾਰੇ ਸਾਰੇ ਕੌਂਸਲ ਸਾਹਿਬਾਨ ਨੇ, ਔਰ ਧੰਨਵਾਦ ਕਰਦੇ ਬਰਾੜ ਸਾਹਿਬ ਦਾ ਕਿ ਨੂਰਮਹਿਲ ਵਿੱਚ ਬੜੀ ਵੱਡੀ ਜਿੱਤ ਪ੍ਰਾਪਤ ਹੋਈ। ਅੱਜ ਨੂਰਮਹਿਲ ਵੀ ਇਹਨਾਂ ਦਾ ਵਾਈਸ ਪ੍ਰਧਾਨ ਅਤੇ ਪ੍ਰਧਾਨ ਬਣਾ ਕੇ ਆਏ ਨੇ, ਇਸ ਕਰਕੇ ਵਧਾਈ ਦੇ ਪਾਤਰ ਹੈ ਬਰਾੜ ਸਾਹਿਬ ਦੀ ਮਿਹਨਤ ਰੰਗ ਲਿਆਈ ਕਿ ਦੋਵਾਂ ਸ਼ਹਿਰਾਂ ਵਿੱਚ
इस वे कांग्रेस का कब्जा हो गया मुकम्मल तौर। मैं सत्कारयोग सरदार जगवीर सिंह जी बराड हलका इंचार्ज नकोदर उन्हों का बहुत धन्यवाद करदा जिन्होंने मैनू योग समझ के अपनी सूझबूझ के नाल साडी टीम नू बनाया जिहदे विच वाइस प्रैजीडेंट का अहुदा मैनू दिता तो सीनियर वाइस प्रैजीडेंट का अहुदा जिहड़ा हैगा आ उह गुरप्रीत नू दिता और साडे अज दे प्रधान नवनीत दीता जी मैं सारिआं दा इत्थे आइआं दा बहुत धन्यवाद करदा और मैं ईमानदारी नाल कहना आ भी असीं सारे जिहड़े हैगे म्युनिसिपल कमेटी के जिन्हें मैंबर साहबान आ सारे रल मिल के चलांगे तो उम्मीद करदा हाँ भी नवनीत नीता भी किसे नाल वितकरा ना करे सारे नूं अपना भरा भैणा समझ के सारे का कम करे। इन्हां शब्दों के नाल मैं खास करके सरदार जगवीर सिंह बराड का धन्यवाद करदा जिन्होंने सानू योग समझ के वधिया टीम दित्ती आ। कैमरा परसन सुमित धिंगड़ा के नाल सुशील धिंगड़ा एकता लहर न्यूज नकोदर।